9 ਮਹੀਨੇ ਇੰਗਲੈਂਡ ਤੋਂ ਜਲੰਧਰ ਨਹੀਂ ਆਇਆ, ਉਹ 9 ਮਹੀਨੇ ਇੰਗਲੈਂਡ ਤੋਂ ਜਲੰਧਰ ਨਹੀਂ ਆ ਪਾਇਆ ਕਿਉਂਕਿ ਉਹਦਾ ਪਿਓ ਸਾਹਮਣੇ ਬੈਠਾ ਸੀ। ਕਿ ਮੇਰੇ ਜੀਜੇ ਨੂੰ ਮਨਾਇਆ, ਪਹਿਲੇ ਕਿਹਾ ਜੀਜਾ ਜੀ ਮੈਨੂੰ ਮਾਫ ਕਰ ਦਿਓ, ਮੈਂ ਇੰਡੀਆ ਆ ਜਾਵਾਂ। ਪਹਿਲੇ ਜੀਜੇ ਜੀ ਕੋਲ ਤਰਲੇ ਪਾਏ ਆਪਣੇ ਜੀਜੇ ਕੋਲ, ਮੈਂ ਚਾਰ ਤਰੂਬਾ ਸਾਫ ਕਰੂੰਗਾ ਉਹਦੇ ਨਾਲ, ਵੀ ਹਜੇ ਦੇਖਣਗੇ ਚਾਰ ਤੋਂ ਬਾਅਦ ਆਉਂਦਾ ਕੌਣ ਹਿਸਾਬ ਕਰਾਂ। ਚਾਰ ਤਰੀਕ ਤੋਂ ਬਾਅਦ ਮੈਂ ਜੇਪੀ ਨਗਰ ਜਾ ਕੇ ਹੀ ਹਿਸਾਬ ਕਰਾਂਗਾ, ਜਿਹੜੀ ਲੈਂਗੁਏਜ ਉਹ ਬੋਲ ਰਹੇ ਆ ਉਸੇ ਲੈਂਗੁਏਜ ਜਵਾਬ ਦਊਂਗਾ ਕਿ ਡਾਕੂ ਕੀ ਕਰ ਸਕਦਾ। ਪਹਿਲੇ ਜੇ ਜੀਜਾ ਨਹੀਂ ਬਣਾਉਣਾ ਸੀ ਨਾ, ਜੇ ਡਾਕੂ ਮੈਨੂੰ ਬਣਾਉਣਾ ਸੀ, ਪਹਿਲੇ ਜੀਜਾ ਬਣਾ ਲਿਆ, ਹੁਣ ਡਾਕੂ ਬਣਾਈ ਜਾ ਰਹੇ ਹੋ। ਇਸ ਕਰਕੇ ਉਹ ਲੈਂਗੁਏਜ 'ਚ ਬੋਲੋ ਜੋ ਜਨਤਾ ਤੁਹਾਨੂੰ ਪਸੰਦ ਕਰ ਸਕੇ, ਜੇ ਦੂਸਰੇ ਨੂੰ ਵੀ ਅੱਜ ਲੈਂਗੁਏਜ ਬੋਲਣੀ ਆਉਂਦੀ ਹੈ। ਅਗਰ ਅੱਜ ਮੈਂ ਇਹ ਜਿਹੜੀ ਲੈਂਗੁਏਜ ਬੋਲ ਰਿਹਾ ਮੇਰਾ ਬਣਦਾ ਨਹੀਂ ਹੱਕ, ਪਰ ਇਹ ਦੋਸਤੋ ਜ਼ਿਆਦਾ ਕੰਟਰੋਲ ਤੋਂ ਬਾਹਰ ਹੋ ਗਏ ਕਿ ਮੈਂ ਕਿਸੇ ਨੂੰ ਕੁਛ ਕਿਹਾ ਨਹੀਂ 2 ਸਾਲ ਦਾ। ਇੰਗਲੈਂਡ ਤੋਂ ਇੰਡੀਆ ਬੋਲ ਰਿਹਾ ਮੇਰਾ ਬਣਦਾ ਨਹੀਂ ਹੱਕ, ਪਰ ਇਹ ਦੋਸਤੋ ਜ਼ਿਆਦਾ ਕੰਟਰੋਲ ਤੋਂ ਬਾਹਰ ਹੋ ਗਏ ਕਿ ਮੈਂ ਕਿਸੇ ਨੂੰ ਕੁਛ ਕਿਹਾ ਨਹੀਂ 2 ਸਾਲ ਦਾ। ਇੰਗਲੈਂਡ ਤੋਂ ਇੰਡੀਆ ਪਿਆਰ ਨਹੀਂ ਰੱਖ ਪਾ ਰਿਹਾ ਸੀ, ਜਿਹੜਾ ਕੁੱਤਾ ਭੌਂਕ ਰਿਹਾ ਅੱਜ। ਇਸ ਕੁੱਤੇ ਦੇ ਲਈ ਕਮ ਸੇ ਕਮ ਪਹਿਲੇ ਮੈਨੂੰ 50 ਫੋਨ ਕਰਵਾਏ ਇੰਗਲੈਂਡ ਤੋਂ ਆਉਣ ਦੇ ਲਈ ਕਿ ਮੈਂ ਜਲੰਧਰ ਆ ਜਾਵਾਂ।